तारका मंडल कनक मोती धूप मलान लोपन कर सगल बनरा बोलंत ज्योति कैसी आरती होए पाव कंदना तेरी आरती अनहदा शब्द मूरत मन्ना एक तो ही सद विमल एक बादल गंध बिना सहस पर गंध एक चलत मोही सब में जोत जोत है सोए चंदन सब में चानन हो Oh,
Thank you.
ਬਹੁਤ ਹੀ
ਬਟਪਾਕੀ ਸਾਹਿਬ ਸੰਗਤ ਹੈ ਔਰ ਪ੍ਰਬੰਧਕ ਕਮੇਟੀ ਹੈ ਜਿਹੜੇ ਪ੍ਰਬੰਧ ਚਲਾਉਂਦੇ ਹਨ ਜਿਨ੍ਹਾਂ ਨੇ ਉਹਨਾਂ ਸਿੰਘਾਂ ਨੂੰ ਯਾਦ ਕੀਤਾ ਹੈ ਜਿਹੜੇ ਸਾਰੀ ਸਾਰੀ ਉਮਰ ਹੋ ਗਈ ਹੈ ਜੇਲ੍ਹਾਂ ਦੇ ਵਿੱਚ ਬੰਦ ਹਨ ਲੇਕਿਨ ਉਹਨਾਂ ਨੂੰ ਉਹ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਜਦੋਂ ਕਹਿੰਦੇ ਸਾਰੇ ਹੀਲੇ ਮੁੱਕ ਜਾਣ ਤਾਂ ਇੱਕੋ ਹੀ ਆ ਕਿ ਆਪਾਂ ਗੁਰੂ ਦੇ ਅੱਗੇ ਆਪਣਾ ਗੁਰੂ ਜਿਹੜਾ ਸਮਰੱਥ ਆ ਉਹਦੇ ਅੱਗੇ ਅਰਦਾਸ ਕਰੀਏ ਇਹ ਉਪਰਾਲਾ ਗੁਰੂ ਨਾਨਕ ਗੁਰਦੁਆਰਾ ਬੈਂਸਪੀਟ ਦੀ ਸਾਧ ਸੰਗਤ ਨੇ ਅਤੇ ਪ੍ਰਬੰਧਕਾਂ ਨੇ ਕੀਤਾ ਹੈ ਕਿਉਂਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਪਤਾ ਨਹੀਂ ਹੁੰਦਾ ਕਿਹੜੀ ਰੂਹ ਤੌਰ ਅੰਦਰੋਂ ਅਰਦਾਸ ਕਰ ਦੇਵੇ ਅਤੇ ਉਹ ਜਿਹੜੀ ਅਰਦਾਸ ਹੈ ਅਕਾਲ ਪੁਰਖ ਸੁਣ ਲਵੇ ਅਤੇ ਜਿਹੜੇ ਸਾਡੇ ਭਰਾ ਜੇਲ੍ਹਾਂ ਵਿੱਚ ਬੰਦ ਹਨ ਜਾਂ ਪਹਿਲੇ ਜਿਨ੍ਹਾਂ ਨੂੰ 30-35 ਸਾਲ ਹੋ ਗਏ ਹਨ ਜਾਂ ਹੁਣ ਤਾਂ ਜਿਹੜਾ ਵੀ ਮਤਲਬ ਕਿਸੇ ਵੀ ਜਥੇਬੰਦੀ ਨਾਲ ਸੰਬੰਧ ਰੱਖਦਾ ਵੀ ਇਹ ਗੱਲ ਨਹੀਂ ਹੈ ਅਸੀਂ ਤਾਂ ਇਹ ਸੋਚਣਾ ਕਿ ਸਾਡਾ ਭਰਾ ਹੈ ਸੋ ਆਪਾਂ ਸਾਰਿਆਂ ਨੇ ਜੇ ਆਪਾਂ ਘਰ ਦੇ ਵਿੱਚ ਵੀ ਹੁੰਦੇ ਹਾਂ ਚੌਪਾਈ ਸਾਹਿਬ ਜੀ ਦੇ ਪਾਠ ਕਰਕੇ ਜਦੋਂ ਆਪਾਂ ਨਿਤਨੇਮ ਕਰਦੇ ਹਾਂ ਉਦੋਂ ਵੀ ਜ਼ਰੂਰ ਅਰਦਾਸ ਕਰਿਆ ਕਰੋ ਤਾਂ ਜੋ ਉਹਨਾਂ ਦੀਆਂ ਰਿਹਾਈਆਂ ਹੋ ਸਕਣ ਕਿਉਂਕਿ ਇਸ ਹੀ ਤੁਹਾਡੀ ਸ਼ਹਿਰ ਦੇ ਭਾਈ ਪਰਮਜੀਤ ਸਿੰਘ ਜੀ ਢਾਡੀ ਇਹ ਉਹਨਾਂ ਜੇਲ੍ਹਾਂ ਦੇ ਵਿੱਚ 5 ਸਾਲ ਕੱਟ ਕੇ ਆਏ ਹਨ ਅਤੇ ਆਪਾਂ ਨੂੰ ਪਤਾ ਵੀ ਕਿੰਨੀ ਔਖਿਆਈ ਭਾਵੇਂ ਜੇਲ੍ਹ ਇੱਥੇ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਗੱਲ ਇਹ ਨਹੀਂ ਗੀ ਹੁੰਦੀ ਜੇਲ੍ਹ ਜੇਲ੍ਹ ਆ ਵਿਅਕਤੀ ਇੱਕ ਦਿਨ ਘਰੋਂ ਬਾਹਰ ਗਿਆ ਹੋਵੇ ਜਾਂ ਥੋੜ੍ਹਾ ਲੇਟ ਹੋ ਜਾਵੇ ਅਤੇ ਘਰ ਦੇ ਪਿੱਛੋਂ ਫੋਨ ਕਰਨ ਲੱਗ ਪੈਂਦੇ ਆ ਵੀ ਕੀ ਗੱਲ ਹੋਈ ਟਾਈਮ ਨਾ ਆਇਆ ਨਹੀਂ ਪਹੁੰਚਿਆ ਨਹੀਂ ਅਤੇ ਜਿਨ੍ਹਾਂ ਨੂੰ ਸਾਲਾਂ ਬੱਧੀ ਹੋ ਗਏ ਹਨ ਉਹਨਾਂ ਲਈ ਸਾਡੇ ਵੀ ਕੁਝ ਫਰਜ਼ ਬਣਦੇ ਆ ਸਾਡੀ ਵੀ ਜਿਹੜੀ ਕੌਮੀ ਤੌਰ 'ਤੇ ਆਪਾਂ ਫਰਜ਼ ਆ ਉਹਨੂੰ ਨਿਭਾਉਣ ਲਈ ਕੋਸ਼ਿਸ਼ ਕਰੀਏ ਜੇ ਆਪਾਂ ਹੋਰ ਨਹੀਂ ਕੁਛ ਕਰੀਏ ਕਈ ਵਾਰੀ ਆਪਾਂ ਇਹ ਹੁੰਦਾ ਵੀ ਆਪਾਂ ਇੱਕ ਦੂਸਰੇ ਜਥੇਬੰਦੀ ਨੂੰ ਜਿਵੇਂ ਭਾਈ ਗੁਰਸ਼ਰਨ ਸਿੰਘ ਜੀ ਕਹਿ ਕੇ ਵੀ ਗਏ ਕਿਸੇ ਦੇ ਖਿਲਾਫ਼ ਨਹੀਂ ਬੋਲਣਾ ਪਰ ਆਪਾਂ ਗੱਲ ਕਰਦੇ ਕਿਸੇ ਜਥੇਬੰਦੀ ਦੀ ਗੱਲ ਥੋੜ੍ਹੀ ਹੈ ਜਾਂ ਆਪਾਂ ਇਹ ਕਹਿੰਦੇ ਜੀ ਫਲਾਨੀ ਜਥੇਬੰਦੀ ਨਾ ਕਿਉਂ ਨਹੀਂ ਕੀਤਾ ਆਪਾਂ ਇਕੱਲਾ ਇਕੱਲਾ ਵਿਅਕਤੀ ਇੱਕ ਇੱਕ ਜਥੇਬੰਦੀ ਆ ਕਿਉਂਕਿ ਜਦੋਂ ਅੰਮ੍ਰਿਤ ਵੀ ਛਕਿਆ ਜਾਂਦਾ ਉਦੋਂ ਇਹ ਕਿਹਾ ਜਾਂਦਾ ਜਿਹੜਾ ਪੰਥ ਆ ਇਹ ਤੇਰੀ ਜਥੇਬੰਦੀ ਹੈ ਸੋ ਖਾਲਸਾ ਪੰਥ ਸਾਡੀ ਜਥੇਬੰਦੀ ਆ ਉਹ ਪੰਥ ਦਾ ਕੋਈ ਵੀ ਅੰਗ ਜਾਂ ਉਹਨੂੰ ਦੁੱਖ ਤਕਲੀਫ ਹੋਵੇ ਤਾਂ ਉਹ ਸਾਡਾ ਸਾਰਿਆਂ ਦਾ ਹੀ ਜਿਹੜਾ ਮਤਲਬ ਜ਼ਿੰਮੇਵਾਰੀ ਬਣਦੀ ਹੈ ਸੋ ਆਪਾਂ ਮੈਂ ਇਹੀ ਬੇਨਤੀ ਕਰੂੰਗਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅਤੇ ਬਾਨੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਉਹਨਾਂ ਵੱਲੋਂ ਕਿ ਜੋ ਇਹ ਸੰਗਤ ਨੇ ਉਪਰਾਲਾ ਕੀਤਾ ਬਹੁਤ ਵਧੀਆ ਹੈ ਅਸੀਂ ਆਪਣੇ ਵੱਲੋਂ ਵੀ ਜਿੰਨੇ ਕੁ ਸਾਡੇ ਕੋਲ ਉਪਰਾਲੇ ਪੰਜਾਬ ਦੇ ਵਿੱਚ ਹੁੰਦੇ ਆ ਕਰੀਦੇ ਆ ਪਰ ਜਦੋਂ ਕਹਿੰਦੇ ਹਕੂਮਤਾਂ ਹੀ ਉੱਦਾਂ ਦੀਆਂ ਹੋ ਜਾਣ ਹਾਕਮ ਹੀ ਇੱਦਾਂ ਦੇ ਹੋ ਜਾਣ ਜਿਹੜੀ ਕਿਸੇ ਦੀ ਗੱਲ ਹੀ ਨਾ ਸੁਣਨ ਮਤਲਬ ਸਮਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਆ ਉਹਨਾਂ ਨੂੰ ਮਿਲਣ ਤੱਕ ਦਾ ਸਮਾਂ ਨਾ ਦੇਣ ਪਰਿਵਾਰਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਦਾ ਮੌਕਾ ਨਾ ਦੇਵੇ ਤਾਂ ਫਿਰ ਦੱਸੋ ਕੀ ਕਰੀਏ ਫਿਰ ਉੱਥੇ ਕੀ ਕੀਤਾ ਜਾਵੇ ਫਿਰ ਇਹੀ ਆ ਨਾ ਵੀ ਆਪਾਂ ਗੁਰੂ ਅੱਗੇ ਜਿੱਦਾਂ ਗਿਆਨੀ ਜੀ ਉਹਨਾਂ ਨੇ ਦੱਸਿਆ ਬਈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਬਾਬਰ ਦੀ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਉਸ ਵੇਲੇ ਆਵਾਜ਼ ਉਠਾਈ ਅਤੇ ਆਪਣੇ ਗੁਰੂ ਮਹਾਰਾਜ ਨੇ ਉਹ ਸਾਰੇ ਜਿਹੜੇ ਮਤਲਬ ਰਿਹਾਈਆਂ ਕਰਵਾਈਆਂ ਸੋ ਅੱਜ ਵੀ ਆਪਾਂ ਗੁਰੂ ਨਾਨਕ ਦੇ ਦਰ 'ਤੇ ਬੈਠੇ ਹਾਂ ਅਰਦਾਸ ਕਰੀਏ ਪਰਮਾਤਮਾ ਉਹ ਸਾਡੇ ਵੀਰਾਂ ਨੂੰ ਭਰਾਵਾਂ ਨੂੰ ਚਾਹੇ ਉਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ ਜਾਂ ਵਿਦੇਸ਼ਾਂ ਦੀਆਂ ਜੇਲ੍ਹਾਂ 'ਚ ਬੰਦ ਹਨ ਜਿਨ੍ਹਾਂ ਨੇ ਕੌਮ ਦੇ ਵਾਸਤੇ ਕੁਝ ਵੀ ਕੀਤਾ ਹੈ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਬੰਦ ਖਲਾਸੀ ਬਖਸ਼ੇ ਇਹ ਮੇਰੀ ਵੀ ਇਹੀ ਅਰਦਾਸ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਜਦੋਂ ਆਪਾਂ ਕਹਿੰਦੇ ਕੋਈ ਕੰਮ ਕਰਨਾ ਉਹਦੇ ਲਈ ਇੱਕ ਥੰਮ ਮੀਡੀਆ ਵੀ ਹੈ ਜਦੋਂ ਆਪਾਂ ਕੌਮ ਦੇ ਕੰਮ ਕਰਦੇ ਹਾਂ ਉਹਦੇ ਲਈ ਮੀਡੀਆ ਬਹੁਤ ਜ਼ਰੂਰੀ ਆ ਪਰ ਮੀਡੀਆ ਉਹ ਹੋਵੇ ਜਿਹੜਾ ਕੌਮ ਦੀ ਗੱਲ ਕਰੇ ਜਿਹੜਾ ਸਿੱਖ ਪੰਥ ਦੀ ਗੱਲ ਕਰੇ ਜਿਹੜਾ ਸਾਡੇ ਪੰਜਾਬ ਦੀ ਗੱਲ ਕਰੇ ਉਹਨੂੰ ਮੀਡੀਆ ਕਹਿੰਦੇ ਹਨ ਜੇ ਆਪਾਂ ਕਹੀਏ ਵੀ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਹਨਾਂ ਨੇ ਆਏ ਵੀ ਉਹ ਮਤਲਬ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਕੇ ਆਏ ਪਾਵਰ ਦੇ ਵਿੱਚ ਆਏ ਲੇਕਿਨ ਆਉਂਦਿਆਂ ਨੇ ਸਭ ਤੋਂ ਪਹਿਲਾਂ ਵਡਾਂਗਾ ਉਹਨਾਂ ਨੇ ਸੋਸ਼ਲ ਮੀਡੀਆ ਦਾ ਹੀ ਕੀਤਾ ਕਿੰਨੇ ਲੋਕ ਆ ਜਿਨ੍ਹਾਂ ਦੇ ਯੂਟਿਊਬ ਚੈਨਲ ਬੰਦ ਕਰ ਦਿੱਤੇ ਫੇਸਬੁੱਕ ਬੰਦ ਕਰ ਦਿੱਤੇ ਕੋਈ ਵੀ ਜੇ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਸੀਂ ਵੀਡੀਓ ਨਹੀਂ ਦਿਖਾ ਸਕਦੇ ਤੁਸੀਂ ਆਹ ਨਹੀਂ ਕਰ ਸਕਦੇ ਉਹ ਦੱਸੋ ਵੀ ਬੰਦਾ ਗੱਲ ਫਿਰ ਕਰੇ ਕਿੱਥੇ ਕੀ ਕਰੇ ਸੋ ਜਿੱਦਾਂ ਇੰਗਲੈਂਡ ਦੇ ਵਿੱਚ ਭਾਈ ਗੁਰਸ਼ਰਨ ਸਿੰਘ ਜੀ ਵੀ ਗੱਲ ਕਰ ਗਏ ਹਨ PBC ਚੈਨਲ ਜਿਹੜਾ ਰਿਕਾਰਡ ਕਰ ਰਿਹਾ ਹੈ ਬਾਹਰ ਇਹਨਾਂ ਨੇ ਸਟਾਰ ਵੀ ਲਾਇਆ ਹੋਇਆ ਉਹਦੇ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕੋਈ ਅਪੀਲ ਕਰ ਰਹੇ ਇੱਥੇ ਸੰਗਤਾਂ ਨੂੰ ਕਿ ਸਾਨੂੰ ਸਟੇਜ 'ਤੇ ਮਾਇਆ ਦਿੱਤੀ ਜਾਵੇ
ਤੁਸੀਂ ਆਪਣਾ ਬਣਦਾ ਸਰਦਾ ਯੋਗਦਾਨ ਬਾਹਰ ਬੀਬੀ ਇੰਦਰਜੀਤ ਕੌਰ ਜੀ ਬੈਠੇ ਆ ਜਿੱਥੇ ਲੰਗਰ ਹਾਲ ਦੇ ਵਿੱਚ ਉਹਨੇ ਸਟਾਲ ਲਾਇਆ ਉੱਥੇ ਡਾਇਰੈਕਟ ਡੈਬਿਟ ਜਿੰਨੀ ਵੀ ਤੁਹਾਡੇ ਕੋਲ ਸੇਵਾ ਹੋ ਸਕਦੀ ਆ ਰਸੀਦ ਕਟਾਉਣੀ ਉਹ ਕਟਾ ਸਕਦੇ ਆ ਸੇਵਾ ਕਰ ਸਕਦੇ ਆ ਕਿਉਂਕਿ ਬੀਬੀਸੀ ਚੈਨਲ ਹਰ ਇੱਕ ਜਥੇਬੰਦੀ ਨੂੰ ਤੇ ਹਰ ਵਿਅਕਤੀ ਨੂੰ ਮੌਕਾ ਦਿੰਦਾ ਆ ਕਿ ਉੱਤੇ ਜਿਹੜਾ ਪ੍ਰੋਗਰਾਮ ਕੀਤਾ ਜਾਵੇ ਅੱਜ ਦਾ ਪ੍ਰੋਗਰਾਮ ਵੀ ਆ ਜਿਹੜਾ ਤੁਹਾਡਾ ਹੈ ਰਿਕਾਰਡ ਹੋ ਰਿਹਾ ਆ ਤੇ ਇਹਦਾ ਜਿਹੜਾ ਬਾਅਦ ਦੇ ਵਿੱਚ ਸਮਾਂ ਦਿੱਤਾ ਜਾਊਗਾ ਦਿਖਾਇਆ ਜਾਊਗਾ ਸੋ ਮੈਂ ਇੱਥੇ ਹੀ ਬੇਨਤੀ ਕਰ ਮਤਲਬ ਸਮਾਪਤੀ ਕਰਦਾ ਕੋਈ ਲਫ਼ਜ਼ ਵੱਧ ਘੱਟ ਬੋਲਿਆ ਗਿਆ ਹੁਣ ਮੈਂ ਖਿਮਾ ਦਾ ਜੱਜ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਜੀ ਦੇ ਸਾਜੀਵਾਂ ਜੀ ਗੁਰੂ ਰੂਪ ਕੋ ਖਾਲਸਾ ਸਾਹਿਬ ਸੰਗਤ ਜੀਓ ਸਭ ਸੰਗਤ ਗੱਜ ਵੱਜ ਕੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਅੱਜ ਓਬਵੀਅਸਲੀ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਵਾਸਤੇ ਅੱਜ ਅਖੰਡ ਪਾਠ ਸਾਹਿਬ ਰੱਖਿਆ ਗਿਆ ਸੀ ਨੌਜਵਾਨਾਂ ਦੇ ਮਨ 'ਚ ਇਹ ਵੀ ਸੀਗਾ ਕਿ ਕਿਉਂਕਿ ਹੋਲੇ ਮਹੱਲੇ ਦਾ ਤਿਉਹਾਰ ਆ ਰਿਹਾ ਹੈ ਅਤੇ ਇਸ ਕਰਕੇ ਹੋਲਾ ਮਹੱਲਾ ਵੀ ਮਨਾਉਣਾ ਜ਼ਰੂਰੀ ਸੀਗਾ ਸੋ ਗੁਰੂ ਘਰ ਦੀ ਗੱਤਕਾ ਟੀਮ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਅਸੀਂ ਅੱਜ ਪ੍ਰੋਗਰਾਮ ਕਰ ਰਹੇ ਹਾਂ ਬਾਹਰ ਕਾਰ ਪਾਰਕਿੰਗ ਦੇ ਵਿੱਚ ਜਿਹੜੇ ਸੰਗਤਾਂ ਦੇਖਣਾ ਚਾਹੁੰਦੇ ਆ ਤੁਹਾਡੇ ਆਪਣੇ ਬੱਚੇ ਆ ਜਿਹੜੇ ਗੱਤਕਾ ਇੱਥੇ ਕਰ ਰਹੇ ਆ ਬੜੀ ਵਧੀਆ ਗੱਲ ਆ ਕਿ ਵਿਦੇਸ਼ਾਂ ਦੇ ਵਿੱਚ ਰਹਿ ਕੇ ਅਸੀਂ ਜੇ ਗੁਰੂ ਮਹਾਰਾਜ ਦੀ ਸਾਂਭੀ ਹੋਈ ਸ਼ਸਤਰ ਵਿੱਦਿਆ ਦੇ ਉੱਤੇ ਆਪਾਂ ਚੱਲਦੇ ਅਤੇ ਗੁਰੂ ਸਾਹਿਬ ਦੇ ਮਾਰਗ ਦੇ ਉੱਤੇ ਚੱਲਦੇ ਹਾਂ ਇਹ ਬਹੁਤ ਵਧੀਆ ਗੱਲ ਆ ਸੋ ਉਸਦੀ ਸਪੋਰਟ ਵੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਓ ਅਤੇ ਜ਼ਰੂਰ ਸਪੋਰਟ ਕਰਨਾ ਅਤੇ ਬਾਕੀ ਅਸੀਂ ਇਹ ਵੀ ਬੇਨਤੀ ਜ਼ਰੂਰ ਕਰਦੇ ਹਾਂ ਕਿ ਅੱਜ ਕੱਲ੍ਹ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਆ ਹੋਰ ਸਪੋਰਟਾਂ ਦੇ ਵਿੱਚ ਜਾ ਰਹੇ ਆ ਬਹੁਤ ਵਧੀਆ ਗੱਲ ਆ ਕੋਈ ਸਪੋਰਟ ਮਾੜਾ ਨਹੀਂ ਹੈ ਕੋਈ ਸਪੋਰਟ ਭੈੜਾ ਨਹੀਂ ਆ ਹਰੇਕ ਸਪੋਰਟ ਸਿੱਖਣਾ ਚਾਹੀਦਾ ਬਹੁਤ ਜ਼ਰੂਰੀ ਆ ਪਰ ਕੁਝ ਇੱਦਾਂ ਦੀਆਂ ਗੱਲਾਂ ਹੈਗੀਆਂ ਜਿਹਦੇ ਕਰਕੇ ਮੈਨੂੰ ਇਹ ਖਾਸ ਕਰਕੇ ਗਲਤ ਲੱਗਦਾ ਕਿ ਜਦੋਂ ਅਸੀਂ ਕੋਈ ਸਪੋਰਟ ਕਰਦੇ ਹਾਂ ਸਾਨੂੰ ਸਾਡੇ ਕਕਾਰ ਲਵਾਏ ਜਾਂਦੇ ਆ ਜਾਂ ਕਹਿੰਦੇ ਕਿ ਤੁਸੀਂ ਕੰਪੀਟ ਨਹੀਂ ਕਰ ਸਕਦੇ ਕਕਾਰਾਂ ਤੋਂ ਬਿਨਾਂ ਉਹ ਕਿਸੇ ਨਾ ਕਿਤੇ ਗੱਲ ਠੀਕ ਨਹੀਂ ਹੈ ਸੋ ਇਹ ਸਾਡੇ ਸਿੱਖਾਂ ਵਾਸਤੇ ਖਾਸ ਕਰਕੇ ਬਹੁਤ ਜ਼ਰੂਰੀ ਆ ਕਿ ਅਸੀਂ ਜੇ ਹੋਰ ਸਪੋਰਟਾਂ 'ਚ ਕੰਪੀਟ ਕਰਨਾ ਕਰੋ ਜ਼ਰੂਰ ਕਰੋ ਪਰ ਸਿੱਖੀ ਛੱਡ ਕੇ ਨਾ ਕਰੀਏ ਅਸੀਂ ਸੋ ਇੰਨੀਆਂ ਬੇਨਤੀਆਂ ਪਵਾਰ ਕਰਨੀਆਂ ਕੋਈ ਗੱਲ ਮੈਥੋਂ ਕੋਈ ਗਲਤ ਕਹੀ ਹੋਵੇ ਤਾਂ ਮੈਂ ਮਾਫ਼ੀ ਮੰਗਦਾ ਹੱਥ ਬੰਨ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਕਵਿਸ਼ਰੀ ਜਥਾ ਭਾਈ ਮੱਖਣ ਸਿੰਘ ਜੀ ਆਪ ਸਟੇਜ 'ਤੇ ਆਉਣ ਅਤੇ 12:10 ਤੱਕ ਆਪ ਜੀ ਦਾ ਜਥਾ ਜਿਹੜਾ ਉਹ ਸੇਵਾਵਾਂ ਆਪਦੇ ਨਾਲ ਸਾਂਝੀਆਂ ਕਰੇਗਾ ਜੀ ਇਸੇ ਤਰ੍ਹਾਂ ਆਪਾਂ ਕਵਿਸ਼ਰੀ ਜੀ ਦਾ ਮਾਣ ਸਨਮਾਨ ਕਰਨਾ ਹੈ ਅਤੇ ਜੁੜ ਬੈਠੇ ਹੋ ਏਕਤਾ ਦਾ ਸਬੂਤ ਦਿਓ ਪਿਆਰ ਦਾ ਸਬੂਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮ ਸਰਲੱਥਾਂ ਦੀ ਕੌਮ ਹੈ ਬੜੀ ਵਾਰ ਹੋਇਆ ਇਮਤਿਹਾਨ ਇਹਦਾ ਕਈ ਔਖੇ ਤੋਂ ਔਖੇ ਵੀ ਪਏ ਪਰਚੇ ਤੇ ਕਦੇ ਫੇਲ ਨਾ ਹੋਇਆ ਜਵਾਨ ਇਹਦਾ ਖੁਰਾ ਖੋਜ ਮਟਾਉਣ ਲਈ ਸੋਚਦੇ ਰਹਿ ਕਈ ਮਨੋ ਤੇ ਜਕਰੀਏ ਖਾਨ ਇਹਦਾ ਮੁੱਕ ਗਏ ਨਿਸ਼ਾਨ ਮਟਾਉਣ ਵਾਲੇ ਅੱਜ ਵੀ ਝੁੱਲਦਾ ਉੱਚਾ ਨਿਸ਼ਾਨ ਇਹਦਾ ਅੱਜ ਵੀ ਝੁੱਲਦਾ ਉੱਚਾ ਨਿਸ਼ਾਨ ਇਹਦਾ ਬਖਸ਼ਿਆ ਖਜ਼ਾਨਾ ਹੈ ਗਿਆਨ ਤੱਤ ਦਾ ਮੰਗਿਆ ਤੁਸਾਂ ਨੇ ਭਲਾ ਸਰ ਬੱਤ ਦਾ ਮੰਗਿਆ ਤੁਸਾਂ ਨੇ ਭਲਾ ਸਰ ਬੱਤ ਦਾ ਬਰੀ ਉਡਾਤਾ ਹੈ ਬਗੈਰ ਪਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰ ਬਦਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰ ਬਦਰਾਂ ਤੋਂ ਬਖਸ਼ਿਆ ਖਜ਼ਾਨਾ ਹੈ ਗਿਆਨ ਤੱਤ ਦਾ ਮੰਗਿਆ ਤੁਸਾਂ ਨੇ ਭਲਾ ਸਰ ਬੱਤ ਦਾ ਮੰਗਿਆ ਤੁਸਾਂ ਨੇ ਭਲਾ ਸਰ ਬੱਤ ਦਾ ਬਰੀ ਉਡਾਤਾ ਹੈ ਬਗੈਰ ਪਰਾਂ ਤੋਂ ਤੇਰਾ ਧਾਰੀ ਉੱਚਾ
ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਚੰਦ ਸੂਰ ਨਾਲੋਂ ਕਿਤੇ ਵੱਧ ਨੂਰ ਤਾਂ ਬਾਉਣੀਆਂ ਜੋ ਪਰਬਤੀ ਬਿਠਾਈਆਂ ਮੂਰਤਾਂ ਚੰਦ ਸੂਰ ਨਾਲੋਂ ਕਿਤੇ ਵੱਧ ਨੂਰ ਤਾਂ ਬਾਉਣੀਆਂ ਜੋ ਪਰਬਤੀ ਬਿਠਾਈਆਂ ਮੂਰਤਾਂ ਹਾਂ ਬਾਉਣੀਆਂ ਜੋ ਪਰਬਤੀ ਬਿਠਾਈਆਂ ਮੂਰਤਾਂ ਸੁੱਚੀ ਸਿਫਤ ਹਰੇਕ ਤਰ੍ਹਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਹੀਰਿਆਂ ਨਾ ਮੜੀ ਜੋ ਸੁਨਹਿਰੀ ਲੰਕ ਹੈ ਲਾਤਾ ਰਾਉਣ ਬਦੀ ਦਾ ਬੁਰਾ ਕਲੰਕ ਹੈ ਲਾਤਾ ਰਾਉਣ ਬਦੀ ਦਾ ਬੁਰਾ ਕਲੰਕ ਹੈ ਕੀ ਬੰਦੇ ਜਾ ਕੇ ਐਸੇ ਘਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਤੁਸੀਂ ਰੱਦ ਸੇਰੇ ਗੁਰੂ ਇਸ ਜੱਗ ਦੇ ਅੱਜ ਦੰਬੀ ਨਕਲੀ ਨੇ ਥਾਂ ਥਾਂ ਠੱਗ ਦੇ ਅੱਜ ਦੰਬੀ ਨਕਲੀ ਨੇ ਥਾਂ ਥਾਂ ਠੱਗ ਦੇ ਤੋਰਨੀ ਤੁਰੀ ਦਾ ਖਰਾ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਪਾਲੀ ਜਪ ਜੀ ਬ੍ਰਹਮ ਸਿੱਖਿਆ ਪਰੇ ਹੋ ਗਏ ਮਮਤਾ ਤੋਂ ਮਨ ਵਿਖਿਆ ਜਿੰਨਾ ਪਾਲੀ ਜਪ ਜੀ ਤੋਂ ਬ੍ਰਹਮ ਸਿੱਖਿਆ ਪਰੇ ਹੋ ਗਏ ਮਮਤਾ ਤੋਂ ਮਨ ਵਿਖਿਆ ਹਾਂ ਪਰੇ ਹੋ ਗਏ ਮਮਤਾ ਤੋਂ ਮਨ ਵਿਖਿਆ ਮੁਕਤ ਪਾਰ ਸੱਤਾਂ ਸਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਤੇਰੇ ਚਰਨ ਕਮਲ ਚੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਉੱਚੀ ਉੱਚੀ ਸੱਚ ਗਾਉਂਦੇ ਬਿਨਾ ਡਰਾਂ ਤੋਂ ਉੱਚੀ ਉੱਚੀ ਸੱਚ ਗਾਉਂਦੇ ਬਿਨਾ ਡਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਇਹਦੀ ਤੱਕੀਆਂ ਪ੍ਰੇਮ ਦੀਆਂ ਜਿੰਨਾ ਝਾਕੀਆਂ ਖੁੱਲੀਆਂ ਸਵਰਗੀਆਂ ਨਾਲ ਤਾਕੀਆਂ ਖੁੱਲੀਆਂ ਸਵਰਗੀਆਂ ਨਾਲ ਤਾਕੀਆਂ ਰੱਤ ਸ਼ੂਕ ਦੇ ਬਗੈਰ ਲਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮੈਦਾਨ ਫਤਿਹ ਉਹ ਕਦੇ ਨਹੀਂ ਹਾਰਦੇ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮੈਦਾਨ ਫਤਿਹ ਉਹ ਕਦੇ ਨਹੀਂ ਹਾਰਦੇ ਹਰ ਮੈਦਾਨ ਫਤਿਹ ਉਹ ਕਦੇ ਨਹੀਂ ਹਾਰਦੇ ਉੱਚੀਆਂ ਇਹੋ ਜਿਹਾ ਨਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਧਾਰੀ ਉੱਚਾ ਹੈ ਸਰਬ ਦਰਾਂ ਤੋਂ ਹਫ਼ਤਾਵਾਰੀ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਮੂਹ ਸਾਧ ਸੰਗਤ ਧੰਤਾਂ ਦੇ ਯੋਗੋ ਕਰਮਾਂ ਵਾਲੇ ਹੋ ਆਪਣੇ ਵੱਡ ਵਡੇਰਿਆਂ ਦਾ ਸ਼ਾਨਾ ਮੱਤਾ ਇਤਿਹਾਸ ਸਰਵਣ ਕਰਨ ਵਾਸਤੇ ਚੌਂਕੜੇ ਮਾਰ ਕੇ ਗੁਰੂ ਦਰਬਾਰ ਵਿੱਚ ਆਣ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ ਔਰ ਧੰਨ ਭਾਗ ਨੇ ਤੁਹਾਡੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿੰਦੇ ਹੋ ਅੱਜ ਬਹੁਤ ਸਾਰੀਆਂ ਏਜੰਸੀਆਂ ਦਾ ਬਹੁਤ ਸਾਰੀਆਂ ਸਰਕਾਰਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਸਿੱਖ ਨੂੰ ਸਿੱਖੀ ਨਾਲੋਂ ਤੋੜ ਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਅਤੇ ਆਪਣੇ ਨਾਲ ਕਿਵੇਂ ਜੋੜਿਆ ਜਾਵੇ ਕਹਿੰਦੇ ਇੱਕ ਰਾਹੀ ਜਾ ਰਿਹਾ ਸੀ ਉਹਨੇ ਕੀ ਵੇਖਿਆ ਕਿ ਚਰਸਤਾ ਆ ਗਿਆ ਉਸ ਚਰਸਤੇ ਵਿੱਚ ਇੱਕ ਇਨਸਾਨ ਖਲੋਤਾ ਸੀ ਉਸ ਜਾਣ ਵਾਲੇ ਰਾਹੀ ਨੇ ਉਸ ਚਰਸਤੇ ਵਿੱਚ ਖਲੋਤੇ ਹੋਏ ਇਨਸਾਨ ਨੂੰ ਆਖਿਆ ਕਿ ਮੈਂ ਫਲਾਣੇ ਸ਼ਹਿਰ ਨੂੰ ਜਾਣਾ ਇਸ ਪਿੰਡ ਨੂੰ ਜਾਣਾ ਉਹਦਾ ਰਸਤਾ ਦੱਸ ਦੇ ਉਹਨੇ ਰਸਤਾ ਦੱਸ ਦਿੱਤਾ ਉਹਨੇ ਪੁੱਛਿਆ ਨੌਜਵਾਨਾਂ ਬੜੇ ਕਾਹਲੀ ਕਦਮੀ ਆ ਰਿਹਾ ਕਿੱਧਰ ਚੱਲਿਆ
ਕੱਲਾ ਹੀ ਤੁਰਿਆ ਜਾ ਰਿਹਾ ਹੈ, ਤੇਰੇ ਕੋਲ ਤੀਰ ਕਮਾਨ ਹੈ। ਉਹਨੇ ਆਖਿਆ ਮੈਂ ਜੰਗਲ ਵਿੱਚ ਚੱਲਿਆ ਤੇ ਸ਼ਿਕਾਰ ਖੇਡਣ ਵਾਸਤੇ ਚੱਲਿਆ, ਜੇ ਤੈਨੂੰ ਨਹੀਂ ਯਕੀਨ ਜਾਪਦਾ ਤੇ ਕੁਝ ਸਮਾਂ ਇੱਥੇ ਰੁਕ, ਮੈਂ ਤੈਨੂੰ ਸ਼ਿਕਾਰ ਖੇਡ ਕੇ ਜਿਹੜਾ ਸ਼ਿਕਾਰ ਕਰਕੇ ਲਿਆਵਾਂਗਾ ਦਿਖਾ ਕੇ ਜਾਵਾਂਗਾ। ਉਹ ਖਲੋਤਾ ਹੋਇਆ ਜਿਹੜਾ ਸੀ ਉੱਥੇ ਰਾਹੀ ਚ ਰਸਤੇ ਵਿੱਚ ਹੋਰ ਉਡੀਕ ਕਰਨ ਲੈ ਪਿਆ। ਉਹਨੇ ਕੀ ਵੇਖਿਆ, ਇੰਨੇ ਚਿਰਾਂ ਨੂੰ ਇੱਕ ਹੋਰ ਰਾਹੀ ਤੁਰਿਆ ਆ ਰਿਹਾ ਸੀ, ਉਹ ਇਕੱਲਾ ਹੀ ਤੁਰਿਆ ਆ ਰਿਹਾ ਸੀ, ਮੋਢੇ ਤੇ ਤਲਵਾਰ ਰੱਖੀ ਹੋਈ ਸੀ ਤੇ ਹੱਥ ਵਿੱਚ ਢਾਲ ਫੜੀ ਸੀ। ਉਹਨੇ ਉਹਨੂੰ ਵੀ ਪੁੱਛ ਲਿਆ ਕਿ ਮੈਂ ਫਲਾਣੇ ਪਿੰਡ ਨੂੰ ਜਾਣਾ ਹੈ, ਰਸਤਾ ਦੱਸ ਦਿੱਤਾ। ਉਹਨੇ ਆਖਿਆ ਨੌਜਵਾਨਾ, ਇਕੱਲਾ ਹੀ ਜਾ ਰਿਹਾ, ਤੇਰੇ ਮੋਢੇ ਤੇ ਤਲਵਾਰ ਹੈ ਤੇਰੇ ਹੱਥ ਵਿੱਚ ਔਰ ਕੋਲ ਢਾਲ ਹੈ, ਕਿੱਧਰ ਚੱਲਿਆ? ਉਹਨੇ ਆਖਿਆ ਮੈਂ ਸ਼ਿਕਾਰ ਕਰਨ ਵਾਸਤੇ ਚੱਲਿਆ ਜੰਗਲ ਦੇ ਵਿੱਚ, ਜੇ ਨਹੀਂ ਯਕੀਨ ਤੇ ਕੁਝ ਸਮਾਂ ਇੱਥੇ ਰੁਕ, ਮੈਂ ਜਿਹੜਾ ਸ਼ਿਕਾਰ ਕਰਕੇ ਆਵਾਂਗਾ ਤੈਨੂੰ ਦਿਖਾ ਕੇ ਜਾਵਾਂਗਾ। ਉਹ ਰਾਹੀ ਉੱਥੇ ਖਲੋਤਾ ਰਿਹਾ, ਉਹਨੇ ਵੇਖਿਆ ਕਿ ਤੀਸਰਾ ਇਨਸਾਨ ਆ ਗਿਆ। ਉਹਦੇ ਕੋਲ ਨਾ ਤੀਰ ਕਮਾਨ ਸੀ, ਨਾ ਤਲਵਾਰ ਸੀ, ਨਾ ਢਾਲ ਸੀ, ਉਹਨੇ ਮੋਢੇ ਨੂੰ ਇੱਕ ਝੋਲਾ ਪਾਇਆ ਹੋਇਆ ਸੀ। ਉਸ ਖਲੋਤੇ ਹੋਏ ਨੌਜਵਾਨ ਨੇ ਉਸ ਆਉਣ ਵਾਲੇ ਨੂੰ ਪੁੱਛਿਆ ਕਿ ਨੌਜਵਾਨਾ ਮੈਂ ਫਲਾਣੇ ਪਿੰਡ ਨੂੰ ਜਾਣਾ, ਉਹਨੇ ਰਸਤਾ ਦੱਸ ਦਿੱਤਾ। ਉਹਨੇ ਆਖਿਆ ਤੂੰ ਕਿੱਧਰ ਚੱਲਿਆ? ਉਹਨੇ ਆਖਿਆ ਮੈਂ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਚੱਲਿਆ। ਉਹਨੇ ਆਖਿਆ ਤੇਰੇ ਤੋਂ ਪਹਿਲੋਂ ਦੋ ਸ਼ਿਕਾਰੀ ਇਹਦੀ ਨੰਗੇ ਨੇ, ਇੱਕ ਘੋੜੇ ਤੇ ਸਵਾਰ ਸੀ, ਉਹਦੇ ਕੋਲ ਤੀਰ ਕਮਾਨ ਸੀ, ਤੀਰਾਂ ਦਾ ਪੱਥਾ ਸੀ, ਤੇ ਮੈਨੂੰ ਯਕੀਨ ਹੋ ਗਿਆ ਕਿ ਵਾਕਈ ਇਹ ਸ਼ਿਕਾਰੀ ਹੈ, ਸ਼ਿਕਾਰ ਕਰਕੇ ਆਵੇਗਾ ਆਪਣੇ ਤੀਰ ਦੇ ਨਾਲ। ਔਰ ਉਸ ਤੋਂ ਬਾਅਦ ਜਿਹੜਾ ਆਇਆ ਉਹ ਪੈਦਲ ਹੀ ਤੁਰਿਆ ਆ ਰਿਹਾ ਸੀ, ਪਰ ਉਹਦੇ ਹੱਥ ਵਿੱਚ ਤਲਵਾਰ ਸੀ, ਢਾਲ ਉਹਦੇ ਕੋਲ ਸੀ। ਉਹਨੇ ਵੀ ਆਖਿਆ ਮੈਂ ਸ਼ਿਕਾਰ ਖੇਡਣ ਵਾਸਤੇ ਚੱਲਿਆ, ਤੇ ਮੈਨੂੰ ਯਕੀਨ ਹੋ ਗਿਆ ਕਿ ਵਾਕਿਆ ਹੀ ਇਹ ਸ਼ਿਕਾਰ ਖੇਡ ਕੇ ਆਏਗਾ, ਇਹਦੇ ਕੋਲ ਤਲਵਾਰ ਢਾਲ ਹੈ ਤੇ ਤੇਰੇ ਕੋਲ ਤੇ ਚੀਜ਼ ਹੀ ਕੋਈ ਨਹੀਂ, ਤੂੰ ਕਿਹਦੇ ਨਾਲ ਸ਼ਿਕਾਰ ਖੇਡਣ ਵਾਸਤੇ ਚੱਲਿਆ? ਉਹਨੇ ਮੋਢੇ ਨਾਲ ਪਾਇਆ ਹੋਇਆ ਝੋਲਾ ਲਾ ਕੇ ਚਾਲਿਆ, ਉਹਨੇ ਆਖਿਆ ਇਹਦੇ ਵਿੱਚ ਜਾਲ ਹੈ ਤੇ ਮੈਂ ਕਰਦਾ ਮੱਛੀਆਂ ਦਾ ਸ਼ਿਕਾਰ। ਉਹਨੇ ਆਖਿਆ ਮੈਂ ਕਿਸੇ ਤੀਰ ਤਲਵਾਰ ਨਾਲ ਕਿਸੇ ਨਾਲ ਨਹੀਂ, ਪਰ ਇਸ ਜਾਲ ਦੀ ਮਦਦ ਨਾਲ ਮੈਂ ਮੱਛੀਆਂ ਫੜ ਲੈਂਦਾ ਤੇ ਉਹਨਾਂ ਮੱਛੀਆਂ ਨੂੰ ਮੇਰਾ ਕੰਮ ਹੈ ਪਾਣੀ ਤੋਂ ਅਲੱਗ ਕਰ ਦੇਣਾ ਤੇ ਮੌਤ ਉਹਨਾਂ ਦੀ ਆਪੇ ਹੋ ਜਾਂਦੀ, ਮੈਂ ਕਿਸੇ ਹਥਿਆਰ ਨਾਲ ਨਹੀਂ ਸ਼ਿਕਾਰ ਕਰਦਾ। ਮੇਰੀ ਇਹ ਗੱਲ ਕਹਿਣ ਦਾ ਭਾਵ ਹੈ ਕਿ ਅੱਜ ਬਹੁਤ ਤਰ੍ਹਾਂ ਦੇ ਜਾਲ ਫਲਾਈ ਬੈਠੇ ਹੋਏ ਨੇ ਸ਼ਿਕਾਰੀ, ਖਾਸ ਕਰਕੇ ਪੰਜਾਬ ਦੀ ਧਰਤੀ ਤੇ ਉਹ ਸਾਡੇ ਅਣਭੋਲ ਲੋਕਾਂ ਦਾ ਸ਼ਿਕਾਰ ਕਰੀ ਜਾ ਰਹੇ ਨੇ। ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੋੜ ਕੇ ਤੇ ਆਪਣੇ ਨਾਲ ਜੋੜੀ ਜਾ ਰਹੇ ਨੇ। ਉਹ ਪੰਜਾਬ ਵਿੱਚ ਬਹੁਤ ਸਾਰੇ ਡੇਰੇ ਨੇ ਜਿਨ੍ਹਾਂ ਡੇਰਿਆਂ ਵਿੱਚ ਨਾ ਤੇ ਤੁਹਾਡੀ ਕੌਮ ਦਾ ਨਿਸ਼ਾਨ ਸਾਹਿਬ ਝੂਲਦਾ ਹੈ ਔਰ ਨਾ ਹੀ ਉਹਨਾਂ ਡੇਰਿਆਂ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਤੇ ਤੁਹਾਨੂੰ 239 ਸਾਲ ਦੀ ਵੱਡੀ ਮਿਹਨਤ ਵਿੱਚੋਂ ਗੁਰੂ ਦਸਵੇਂ ਪਾਤਸ਼ਾਹ ਨੇ ਅਖੀਰ ਤੇ ਇਹੀ ਆਖਿਆ ਸੀ, ਆਗਿਆ ਭਈ ਅਕਾਲ ਕੀਤਾ ਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਤੁਹਾਨੂੰ ਹੁਕਮ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ, ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਨਾ ਹੋਵੇ, ਜਿੱਥੇ ਨਿਸ਼ਾਨ ਸਾਹਿਬ ਨਾ ਹੋਵੇ, ਉੱਥੇ ਸਾਡੇ ਲੋਕ ਮੱਥਾ ਕਿਹਨੂੰ ਟੇਕਣ ਜਾਂਦੇ? ਇੱਕ ਨਹੀਂ ਬਹੁਤ ਸਾਰੇ ਡੇਰੇ ਨੇ, ਮੈਂ ਕੋਈ ਦੋ ਚਾਰ ਪ੍ਰਮੁੱਖ ਡੇਰਿਆਂ ਦਾ ਨਾਮ ਵੀ ਤੁਹਾਡੇ ਸਾਹਮਣੇ ਲੈ ਦਿਆਂਗਾ, ਕਿਉਂਕਿ ਮੈਂ ਕਿਸੇ ਦਾ ਮੁਲਾਜ਼ਮ ਨਹੀਂ, ਕਿਸੇ ਦਾ ਨੌਕਰ ਨਹੀਂ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਨੌਕਰ ਜ਼ਰੂਰ ਹੈ, ਲੇਕਿਨ ਸੱਚੀ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਾ ਜਾਵਾਂਗਾ। ਉਹ ਜਿਵੇਂ ਭਨਿਆਰੇ ਵਾਲੇ ਦਾ ਡੇਰਾ, ਸਿਰਸੇ ਵਾਲੇ ਦਾ ਡੇਰਾ, ਨੂਰ ਮਹਿਲੀਆਂ ਦਾ ਡੇਰਾ ਤੇ ਇੱਕ ਬਹੁਤ ਵੱਡਾ ਡੇਰਾ ਜਿਹਨੇ ਸਿੱਖੀ ਨੂੰ ਸਭ ਤੋਂ ਵੱਡੀ ਢਾਲ ਆਈ ਆ, ਮਾਝੇ ਦੀ ਧਰਤੀ ਦੇ ਬਿਆਸ ਦੇ ਕੰਢੇ ਤੇ ਰਾਧਾ ਸੁਆਮੀਆਂ ਦਾ ਡੇਰਾ। ਹੁਣ ਹੋ ਸਕਦਾ ਬਹੁਤ ਸਾਰੇ ਰਾਧਾ ਸੁਆਮੀ ਹੋਣ ਵੀ ਜਾਂ ਉਹਨਾਂ ਦੇ ਰਿਸ਼ਤੇਦਾਰ ਮੰਨਦੇ ਹੋਣ, ਕਈਆਂ ਨੂੰ ਇਸ ਗੱਲ ਦਾ ਗੁੱਸਾ ਵੀ ਲੱਗਦਾ ਹੈ, ਲੇਕਿਨ ਜਿਹੜੀ ਸੱਚੀ ਗੱਲ ਹੈ ਉਹ ਹਰ ਪ੍ਰਚਾਰਕ ਦਾ ਫਰਜ਼ ਹੈ ਤੁਹਾਡੇ ਨਾਲ ਸਟੇਜ 'ਤੇ ਸਾਂਝੀ ਕਰਨੀ। ਅਤੇ ਔਰ ਸਮਾਂ ਕੱਢਿਆ ਕਰੋ, ਆਪਣੇ ਬੱਚਿਆਂ ਨੂੰ ਨਾਲ ਲਿਆ ਕੇ ਅਤੇ ਆਪਣਾ ਸ਼ਾਨਾ ਮੱਤਾ ਇਤਿਹਾਸ ਸਰਵਣ ਕਰਿਆ ਕਰੋ। ਇੱਥੇ ਸਾਰੇ ਖਾਲਿਸਤਾਨ ਕਹੀ ਜਾਂਦੇ ਆ ਅਤੇ ਜਦੋਂ ਲੋੜ ਪੈਣੀ ਤਾਂ ਕਿਸੇ ਨੂੰ ਨਹੀਂ ਲੱਭਣਾ। ਮੈਂ ਦੇਖਿਆ ਸਾਰਾ ਸਿਸਟਮ, ਮੈਂ ਅੱਖੀਂ ਦੇਖਿਆ, ਮੈਂ ਹੁਣੇ ਦੇਖ ਕੇ ਆਇਆ, ਅਜੇ 2 ਮਹੀਨੇ ਹੋਏ ਆ। ਜਿੱਦਣ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਦੇ ਦਸਤਾਰਬੰਦੀ ਰੋਟੀ ਹੋਈ ਸੀ, ਮੈਂ ਉੱਦਣ ਵੀ ਉੱਥੇ ਸੀ। ਜਦੋਂ ਉਹ ਫੜ ਹੋਇਆ ਉਦੋਂ ਮੈਂ ਇੰਡੀਆ ਵਿੱਚ ਹੀ ਸੀ ਅਤੇ ਜਦੋਂ ਹੁਣ ਮੈਂ ਆਉਣਾ ਸੀ, ਹੁਣ ਵੀ ਮੈਨੂੰ ਉਹਨੇ ਇੰਡੀਆ 'ਚ ਅਰੈਸਟ ਕੀਤਾ, ਕੋਈ ਫਰਕ ਨਹੀਂ ਪੈਂਦਾ। ਪਰ ਗੱਲ ਇਹ ਹੈਗੀ ਆ ਕਿ ਕੀ ਅਸੀਂ ਸੱਚਾਈ ਨਾਲ ਖੜ੍ਹੇ ਹਾਂ ਕਿ ਅਸੀਂ ਨਾਰਿਆਂ ਨਾਲ ਖੜ੍ਹੇ? ਦੋਨਾਂ 'ਚੋਂ ਇਹ ਬੜੇ ਡਿਫਰੈਂਟ ਆ। ਨਾਰਾ ਮਾਰਨਾ ਹੋਰ ਚੀਜ਼ ਆ, ਸੱਚਾਈ ਨਾਲ ਖੜ੍ਹ ਜਾਣਾ, ਆਪਣਾ ਆਪ ਜਣਾ ਦੇਣਾ, ਉਹ ਹੋਰ ਚੀਜ਼ ਆ। ਸੋ ਮੈਂ ਇਹਨਾਂ ਦਾ ਬਹੁਤ ਬਹੁਤ ਰਿਣੀ ਹਾਂ, ਕਿਉਂਕਿ ਸਾਡੇ ਮਨ ਵਿੱਚ ਇਹ ਸੀ ਕਿ
ਇੱਥੇ ਦੇ ਜਿਹੜੇ ਸੇਵਾਦਾਰ ਸੀ ਉਹਨੇ ਕਿਹਾ ਅਸੀਂ ਹੋਰ ਕੁਛ ਨਹੀਂ ਕਰ ਸਕਦੇ, ਅਸੀਂ ਮਹਾਰਾਜ ਦੇ ਚਰਨਾਂ ਵਿੱਚ ਇੱਕ ਅਰਦਾਸ ਕਰਦੇ ਹਾਂ। ਸਿੱਖ ਤੋਂ ਸਾਰਿਆਂ ਤੋਂ ਵੱਡਾ ਧਿਆਨ ਜਿਹੜਾ ਉਹ ਅਰਦਾਸ ਹੈ। ਲੋਕਾਂ ਦੇ ਭਾਵੇਂ ਨਾ ਹੋਗਾ ਪਰ ਸਿੱਖੀ ਦੇ ਵਿੱਚ ਇਹਦਾ ਸਭ ਤੋਂ ਵੱਡਾ ਧਿਆਨ ਜਿਹੜਾ ਅਰਦਾਸ ਹੈ। ਅਤੇ ਮਹਾਰਾਜ ਕਹਿੰਦੇ ਨੇ ਗਲਤੀ ਨਾ ਹੋਵੇ ਜਨ ਕੀ ਅਰਦਾਸ। ਅਤੇ ਜਿਸ ਬੰਦੇ ਨੂੰ ਅਰਦਾਸ ਸੱਚੇ ਦਿਲੋਂ ਗੁਰੂ ਕੀ ਸੰਗਤ 'ਚ ਖੜ ਕੇ ਕੀਤੀ ਹੋਵੇ ਤਾਂ ਉਹ ਪੂਰੀ ਹੁੰਦੀ ਹੈ। ਆਪਾਂ ਅਰਦਾਸ ਕੀਤੀ ਆ ਸਾਰਿਆਂ ਨੇ ਰਲ ਕੇ, ਅਤੇ ਇਕੱਲੇ ਆਪਾਂ ਇਹਦੇ 'ਤੇ ਪਹਿਰਾ ਵੀ ਦੇਣਾ ਸਾਰਿਆਂ ਨੂੰ ਕਿ ਉਹਨਾਂ ਸਿੰਘਾਂ ਨੂੰ ਗੱਲ ਚੱਲਦੀ ਸੀ ਹਜ਼ਾਰਾਂ ਸਿੱਖ ਮਾਰ ਦਿੱਤੇ, ਜੇ ਡਿਬਰੂਗੜ੍ਹ ਵਾਲੇ ਦਸ ਮਾਰ ਦੇਣਗੇ ਉਹਨਾਂ ਪੰਥ ਨਹੀਂ ਮੁੱਕ ਜਾਣਾ। ਇਹ ਲੋਕਾਂ ਦੇ ਦਿਲ 'ਚ ਇੱਕ ਭੁਲੇਖਾ ਹੈ, ਜੇ ਉਹ ਦਸ ਮਾਰਦੇ ਉਹਨਾਂ ਪੰਥ ਨਹੀਂ ਮੁੱਕ ਜਾਣਾ, ਇਹ ਭੁਲੇਖਾ ਹੈ। ਲੱਖਾਂ ਸਿੰਘ ਸ਼ਹੀਦ ਹੋ ਗਏ, ਮੁੱਕ ਗਿਆ ਨਹੀਂ। ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਤਮਾ। ਅਸੀਂ ਅਰਦਾਸ ਵੀ ਕਰਨੀ ਹੈ ਅਤੇ ਅਸੀਂ ਉਹਨਾਂ ਬਾਰੇ ਸੋਚਣਾ ਵੀ ਹੈ। ਇਹ ਨਹੀਂ ਵੀ ਅੱਜ ਆਪਾਂ ਅਰਦਾਸ ਕਰਦੇ, ਆਪਾਂ ਜਿਹੜੇ ਨਿਤਨੇਮ ਔਰ ਨਿਤਨੇਮ ਕਰਕੇ ਜ਼ਰੂਰ ਅਰਦਾਸ ਕਰਿਆ ਖਾਤੂ ਨਾਲ ਸਿੰਘਾਂ ਚੜ੍ਹਦੀ ਕਲਾ। ਅਤੇ ਸਾਰਿਆਂ ਨੂੰ ਪਤਾ ਬਈ ਭਾਈ ਸਾਹਿਬ ਨੇ ਸਟੇਜ ਤੋਂ ਦੱਸ ਦਿੱਤਾ, ਹੁਣ ਦੂਸਰੀ ਵਾਰੀ ਕੀ ਦੱਸਣਾ ਉਹਨੂੰ। ਉਹਨਾਂ ਨੂੰ ਬੰਦ ਜੇ 'ਚ ਪਹੁੰਚਾਉਣ ਵਾਲੇ ਕੋਈ ਉੱਪਰੇ ਨਹੀਂ, ਆਪਣੇ ਹੀ ਆਪਣੇ ਹੀ ਆ। ਜਦੋਂ ਦੇਖਿਆ ਹੁਣ ਕਹਿੰਦੇ ਜੀ ਉਹਨਾਂ ਨੂੰ ਕੱਢੋ, ਤਾਂ ਪਹਿਲਾਂ ਕਹਿੰਦੇ ਇਹਨਾਂ ਨੂੰ ਫੜੋ ਤਾਂ ਸਭ ਜਾਈਏ ਕਿਹਦੇ ਮਗਰ। ਅਤੇ ਅਸੀਂ ਕੌਣ ਆ? ਅਸੀਂ ਪੰਥ ਆ, ਅਸੀਂ ਅਕਾਲੀ ਹਾਂ। ਇਹ ਕਾਲੀਏ ਆ, ਅਕਾਲੀ ਨਹੀਂ। ਸੰਤ ਜਰਨੈਲ ਸਿੰਘ ਦੇ ਜਿਹੜੇ ਲਫ਼ਜ਼ਾਂ ਨੂੰ ਭੁੱਲਿਓ ਨਾ, ਅਸੀਂ ਇੱਧਰ ਦੀ ਪਾ ਕੇ ਇੱਧਰ ਕੱਢਦੇ। ਜਿਹੜੇ ਬੰਦੇ ਸੰਤ ਜਰਨੈਲ ਸਿੰਘ ਦੇ ਨਾਲ ਤੁਰੇ ਫਿਰਦੇ ਸੀ, ਅੱਜ ਉਹ ਬਾਦਲ ਦੀ ਬੁੱਕਲ 'ਚ ਬੈਠੇ ਆ। ਪਰ ਜਿਹੜੇ ਜਿਹਨਾਂ ਨੇ ਸੌਹਾਂ ਖਾਧੀਆਂ, ਜਿਹੜੇ ਤੁਰੇ ਆ, ਅੱਜ ਤਾਈਂ ਇਹਨਾਂ ਨਾਲ ਨਹੀਂ ਤਰੇ। ਇੰਗਲੈਂਡ ਵਿੱਚ ਵੀ ਜਿਹਨਾਂ ਨੇ ਅਰਦਾਸਾਂ ਕੀਤੀਆਂ, ਇੱਥੇ ਵੀ ਬਹੁਤ ਬੈਕ ਗਏ। 1984 'ਚ ਕਿੱਡੀ ਵੱਡੀ ਜਥੇਬੰਦੀ ਬਣੀ ਸੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਅਤੇ ਅੱਜ ਉਹ ਸਾਰੇ ਕਿੱਥੇ ਖੜ੍ਹੇ ਆ? ਕਹਿਣੀ ਅਤੇ ਕਰਨੀ 'ਚ ਫਰਕ ਹੈ ਨਾ। ਅਤੇ ਗੁਰੂ ਕਿਰਪਾ ਕਰੇ ਜਿਹਨਾਂ ਦੇ ਫਰਕ ਨਹੀਂ ਗਾ ਉਹ ਖੜ੍ਹੇ ਆ ਅਤੇ ਖੜ੍ਹੇ ਵੀ ਰਹਿਣਗੇ। ਉਹਨਾਂ ਨੇ ਅਰਦਾਸਾਂ ਮਹਾਰਾਜ ਦੇ ਮੋਹਰੇ ਕੀਤੀਆਂ, ਉਹ ਕਦੇ ਮੁੱਕਣਗੇ ਨਹੀਂ। ਤਾਂ ਇਹ ਆਸ਼ੀਰਵਾਦ, ਇਹ ਸਦਕਾ ਕੇ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਲਗੀ ਧਰਮ ਪਾਤਸ਼ਾਹ ਦਾ ਪੁੱਤਰਾਂ ਦੇ ਨਾਮ ਦਾ ਥਾਪਣਾ ਹੈ। ਜਿਉਣਾ ਉਹਨਾਂ ਦਾ ਜਾਣਦੇ ਮਰਨ ਜਿਹੜੇ, ਅਤੇ ਮਰ ਕੇ ਜਿਉਂਦੇ ਉਹ ਸੰਸਾਰ ਉੱਤੇ, ਜਿਹਨਾਂ ਪਹੁੰਚਣਾ ਮਾਹੀ ਦੇ ਦੇਸ਼ ਹੋਵੇ, ਅਤੇ ਕਰਕੇ ਮੰਜ਼ਲਾਂ ਤੇਗ ਦੀ ਧਾਰ ਉੱਤੇ, ਜਿਵੇਂ ਹੱਸਦੇ ਫੁੱਲ ਨੇ ਕੰਡਿਆਂ 'ਤੇ, ਆਸ਼ਕ ਹੱਸਦੇ ਇਸ ਤਰ੍ਹਾਂ ਦਰ ਉੱਤੇ, ਤਾਂ ਬੇਲਾਂ ਉਹਨਾਂ ਦੀਆਂ ਸਦਾ ਹੀ ਰਹਿਣ ਹਰੀਆਂ, ਅਤੇ ਆਸ਼ਕ ਮਰ ਜੋ ਹਰਿਦੁਆਰ ਉੱਤੇ, ਖੋਪਰ ਸਿਰਾਂ ਦੇ ਲਾਹਾਂ ਦੀ ਲੱਤ ਦੀ ਨਹੀਂ ਮਸਤੀ, ਚੜ੍ਹੇ ਜਾਂ ਆਣ ਮਸਤਾਨਿਆਂ ਨੂੰ ਸਾਹਮਣੇ ਵੇਖ ਕੁਰਬਾਨੀ ਦੀ ਛਵਾਂ ਬਲਦੀ, ਅਤੇ ਕੋਈ ਰੋਕ ਨਾ ਸਕੇ ਪਰਵਾਨਿਆਂ ਨੂੰ। ਦਿੱਲੀ ਅਸਾਂ ਦਿੱਲੀ ਖਾਤਰ ਬੜੇ ਸੀਟ ਦਿੱਤੇ, ਅਤੇ ਮਾਲਕ ਦਿੱਲੀ ਦੇ ਸਾਨੂੰ ਵੰਗਾਰਦੇ ਰਹੇ। ਕਦੇ ਡਾਇਰ ਦੇ ਜਾਮੇ ਵਿੱਚ ਆਏ ਮੁੜ ਕੇ, ਅਤੇ ਕਦੇ ਰੂਪ ਅਰੰਗੇ ਦਾ ਧਾਰਦੇ ਰਹੇ। ਸਿੰਘ ਇਹਦੀਆਂ ਹੱਦਾਂ ਦੀ ਕਰਨ ਰਾਖੀ, ਪਰ ਇਹ ਸਿੱਖੀ ਦਾ ਹੀ ਬਾਗ ਉਜਾੜਦੇ ਰਹੇ। ਕਦੇ ਤੋਪਾਂ ਦੇ ਅੱਗੇ ਖਲਾੜਦੇ ਰਹੇ, ਅਤੇ ਕਦੇ ਚਰਖੜੀਆਂ ਉੱਤੇ ਚਾੜਦੇ ਰਹੇ। ਸਿੰਘ ਸੂਰਮੇ ਕਦੇ ਨਹੀਂ ਮੁੱਕਣ ਵਾਲੇ, ਭਾਵੇਂ ਜ਼ਾਲਮੋ ਜ਼ੁਲਮ ਹਜ਼ਾਰ ਕਰ ਲਓ, ਤੁਹਾਡੇ ਗੁੱਸੇ ਵਿੱਚ ਫਰਕ ਨਾ ਰਹੇ। ਕੋਈ ਆ ਚੁੱਕੋ ਤਲਵਾਰ ਦੇ ਵਾਰ ਕਰ ਲਓ, ਤੁਸਾਂ ਦੁਰਾਏ ਨੇ ਕਿਸੇ ਅੰਗਰੇਜ਼ ਵਾਲੇ। ਉਹ ਜਿਹਨਾਂ ਵਾਲੇ 'ਚ ਗੋਲੀਆਂ ਮਾਰੀਆਂ ਸਨ, ਅਸੀਂ ਸਿੰਘ ਹਾਂ ਗੁਰੂ ਦਸ਼ਮੇਸ਼ ਜੀ ਦੇ, ਜਿਹਨਾਂ ਲੰਡਨ ਵਿੱਚ ਭਾਜੀਆਂ ਤਾਰੀਆਂ ਸਨ। ਅਸੀਂ ਉਦੋਂ ਵੀ ਮੁੱਕੇ ਨਾ ਭੋਲਿਓ, ਸਾਡੇ ਸਿਰਾਂ ਦਾ ਮੁੱਲ ਵੀ ਪਾਇਆ ਸੀ ਨਾ। ਅਸੀਂ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ, ਚੜ੍ਹ ਕੇ ਸੂਲੀ ਉੱਤੇ ਗੀਤ ਗਾਇਆ ਸੀ ਨਾ। ਤੁਹਾਡੇ ਦਾਦੇ ਜਦੋਂ ਆਏ ਕਸ਼ਮੀਰ ਵਿੱਚੋਂ, ਤਾਂ ਨੌਵੇਂ ਗੁਰੂ ਨੇ ਸੀਸ਼ ਕਟਾਇਆ ਸੀ ਨਾ। ਇਹ ਪਰ ਤੁਸਾਂ ਦਾ ਜੁਲਮ ਦੀ ਅੱਤ ਚੀਕੀ, ਸਾਡੇ ਤਖ਼ਤ ਉੱਤੇ ਫੌਜਾਂ ਚਾੜੀਆਂ ਨੇ, ਜਾ ਕੇ ਵਿੱਚ ਹਰਿਮੰਦਰ ਸਾਹਿਬ ਦੇ ਸਾਡੀ ਛਾਤੀ 'ਚ ਗੋਲੀਆਂ ਮਾਰੀਆਂ, ਅਤੇ ਜਿਹਨਾਂ ਨੇ ਗੋਲੀਆਂ ਮਾਰੀਆਂ ਉਹ ਪ੍ਰਸ਼ਾਦ ਗੋਲੀਆਂ ਨੂੰ ਗੋਲੀਆਂ ਵਾਲਿਆਂ ਨੇ, ਸੂਰਮਿਆਂ ਨੇ ਦਿੱਤਾ। ਸਿੱਖ ਕੌਮ ਕਿਸੇ ਦਾ ਆਧਾਰ ਨਹੀਂ ਰੱਖਦੀ, ਅੱਜ ਮਾਣ ਕਰਦਾ ਹੈ ਅਤੇ ਮਾਣ ਨੂੰ ਸਿੱਧਾ ਹੀ ਡਾ ਦਿੰਦੇ ਹਾਂ। ਆਮ ਆਦਮੀ ਪਾਰਟੀ ਦਾ ਕੋਈ ਬੰਦਾ ਦੱਸ ਕੇ ਆ ਜਾਵੇ ਇੰਗਲੈਂਡੀ, ਜੇ ਸੁੱਕਾ ਮੁੜ ਗਿਆ ਤਾਂ ਫਿਰ ਸਾਡਾ ਵੀ ਕੀੜਾ ਹੋਵੇ। ਵੰਗਾਰ ਕੇ ਕਹਿੰਦੇ ਹਾਂ, ਕਿੱਥੋਂ ਡਰ ਕੇ ਨਹੀਂ ਕਹਿੰਦੇ? ਫਿਰ ਪੁਲਿਸ ਤੋਂ ਵੀ ਨਹੀਂ ਡਰਦੇ, ਤਾਂ ਇੰਡੀਆ ਵਾਲੇ ਤੋਂ ਵੀ ਨਹੀਂ ਡਰਦੇ। ਜਿਹੜਾ ਮਰਜ਼ੀ ਆ ਜਾਏ ਦੱਸ ਕੇ, ਕਿਉਂ ਖਾਲਸੇ ਦਾ ਕੰਮ ਹੈ ਦੱਸ ਕੇ ਕਰਨਾ। ਉਹਨਾਂ ਨੂੰ ਕਹੋ ਜਹਾਜ਼ ਉਤਰਨ ਲੱਗੇ ਦੱਸ ਕੇ ਆਉਣ, ਫਿਰ ਦੇਖੀਏ ਮੁੜ ਕੇ ਜਾਂਦੇ ਆ। ਉਹਨਾਂ ਜਿੰਨੀਆਂ ਮਰਜ਼ੀ ਉਹ ਸਿਕਿਉਰਟੀਆਂ ਵੀ ਦੇ ਦੇਣ। ਜਦੋਂ ਬੰਦਾ ਕੋਈ ਵੀ ਹੈ ਨਾ ਕੰਮ ਕਰ ਲਵੇ, ਤੱਕ ਲਵੇ, ਘੱਗਾ ਆਇਆ ਸੀ ਉਹ ਮਰ ਜਾਵੇ, ਇੱਥੇ ਬੇਅਦਬੀ ਕਰਦਾ ਜਾਂ ਕਰਦਾ, ਫੈਂਟਿਆ ਮੁੜ ਕੇ ਨਹੀਂ ਬੜਿਆ। ਚੰਡੀਗੜ੍ਹ ਹੀ ਆਇਆ ਸੀ, ਉਹਨੂੰ ਬੰਦਿਆਂ ਤੱਕ ਸਮਝਾਇਆ ਵੀ ਤੂੰ ਸਿੱਖੀ ਦਾ ਉਲਟ ਨਾ ਚੱਲ, ਇੱਕੋ ਹੀ ਤਾਉਣੀ ਪਈ, ਮੁੜ ਕੇ ਚੁੱਪ ਹੀ ਕਰ ਗਿਆ, ਲੱਭਾ ਨਹੀਂ।
ਵਿਗੜਿਆ ਤਿਗੜਿਆ ਦਾ ਡੰਡਾ ਪੀ ਰਿਹਾ ਇਹ ਨੱਚਣ ਜਿਹੜੇ ਗਾਉਣ ਵਾਲੇ ਚੱਕ ਕੇ ਅਸੀਂ ਤਾਂ ਨੂੰ ਚਾੜ ਦਿੱਤੇ ਆ ਅਸੀਂ ਢਾਡੀਆਂ ਕਵਿਸ਼ਰਾਂ ਰਾਗੀਆਂ ਨੂੰ ਆਪਣਿਆਂ ਨੂੰ ਅਸੀਂ ਥੱਲੇ ਰੱਖ ਲਿਆ ਗਾਉਣ ਵਾਲਿਆਂ ਨੂੰ ਚੱਕ ਲਿਆ ਜਿੰਨੇ ਕੰਜਰ ਘਾਟ ਕਰਨ ਵਾਲੇ ਉਹਨਾਂ ਨੂੰ ਅਸੀਂ ਮੋਢਿਆਂ 'ਤੇ ਚੱਕ ਲਿਆ ਇਹ ਬੜੇ ਜੀ ਹੁਣ ਪੰਜਾਬੀ ਦੀ ਮਾਂ ਬੋਲੀ ਦੀ ਸੇਵਾ ਕਰਦੇ ਆ ਮਾਂ ਬੋਲੀ ਵਾਲਿਆਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਜਿਹੜੇ ਅਮਰ ਚੁਕਾਉਂਦੇ ਜਿਹੜੇ ਗੁਰੂ ਲੜ ਲਾਉਂਦੇ ਉਹਨਾਂ ਨੂੰ ਚੱਕ ਕੇ ਅੰਦਰ ਦੇ ਦਿੱਤਾ ਇਹ ਸੋਚਣਾ ਪੈਣਾ ਆਪਾਂ ਨੂੰ ਇਕੱਲਾ ਗੁਰਦੁਆਰੇ ਵਿੱਚ ਆਣ ਕੇ ਆਪਾਂ ਲੰਗਰ ਛੱਕ ਕੇ ਨਾ ਜਾਇਆ ਕਰੀਏ ਵੀ ਅੱਜ ਦਾਲ ਬੜੀ ਸਵਾਦ ਸੀ ਅੱਜ ਸਬਜ਼ੀ ਬੜੀ ਵਧੀਆ ਬਣੀ ਸੀ ਅੱਜ ਰਾਗੀ ਬਹੁਤ ਵਧੀਆ ਸੀ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਆਪਾਂ ਘਰ ਖਾਂਦੇ ਹਾਂ ਪਰ ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾ ਇਹ ਗੱਲ ਚੇਤੇ ਰੱਖਿਓ ਸੋ ਮੈਂ ਫਿਰ ਦੁਬਾਰਾ ਭਾਈ ਸਾਹਿਬ ਦਾ ਬਹੁਤ ਬਹੁਤ ਪਿਛਲੀ ਜਥੇ ਦਾ ਧੰਨਵਾਦ ਕਰਦਾ ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਹੀ ਪੰਥ ਤੇ ਗੁਰੂ ਗ੍ਰੰਥ ਦੀ ਸੇਵਾ ਕਰਦੇ ਰਹਿਣ ਗੁਰਦੁਆਰਾ ਸਾਹਿਬ ਦੇ ਕੋਲੋਂ ਕੋਈ ਇਹੋ ਜਿਹਾ ਜਿਹੜੇ ਪ੍ਰਬੰਧਕਾਂ ਕੋਲੋਂ ਪ੍ਰਬੰਧ ਕਰਦੇ ਆ ਤੇ ਕੋਈ ਊਣਤਾ ਹੀ ਰਹਿ ਕੇ ਉਹਦੀਆਂ ਖਿਮਾ ਮੰਗਦੇ ਆ ਆਓ ਹੁਣ ਆਨੰਦ ਸਾਹਿਬ ਦਾ ਪਾਠ ਕਰਕੇ ਆਪਾਂ ਅਰਦਾਸ ਦੇ ਵਿੱਚ ਜੁੜੀਏ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thank you.
ਸੱਚੀ ਅਕਾਲ ਖਾਲਸਾ